Assalamualaikum ji, kya haal chaal hai mere theek thaak ho, ummeed hai theek ho vade tusi. Assi ajj aa gaye dere te, hun itthe tuhanu saada te honi din shuru hoya, time te baba 2 vaj gaye, ki time bachya 2 vaj gaye te aao naale naal tuhanu vakhaange. Haan 3 ho gaye, oye bahut aaye late ho gaye, aa jao. Assalamualaikum. Sultan sahab, Sultan mota sahab nahi, mane buzurg ne moh ho jaye sahab puri game banayi hai mere Natural. Natural चीज़ा जड़ी हैं ना तू गन्ने छन्ने मंगाओ ना मुड़े हो गेल जा ये आप ये इतने बैग लीड कर रहे हैं सारी चीज़ा जानवर के बच्चे हैं बच्चे जो जानवर को मेरे अंदर हैं वो बाकी हैं पहले मोर बात करो अच्छा जी ऐ इतने मोर ने जी ये मोर रखे हैं ना ओह वेरी गुड एक हाँ जी पारस की आ गए अल्हम्दुलिल्लाह ठीक है पारस शाह साहब ने गुजरात तो एक कासम सैयद कासम शाह साहब अगू अफजाल और की अफगान सॉरी ये अपना जवान है आओ जी ਇਹ ਜੀ ਪੂਰਾ ਜ਼ੂ ਬਣੇ ਇਹਨੂੰ ਨਾ ਕਵਰ ਕੀਤੇ ਆ ਬੁਜਾਰੀ ਨਾਲ ਵੀ ਇਹਦੇ ਵਿੱਚ ਸਾਰੇ ਪਰਿੰਦੇ ਜਿਹੜੇ ਨਾ ਇਹ ਵਿੱਚ ਇਹ ਤੋਂ ਮਲੂਕ ਨਾਲ ਇਹ ਦੇਸੀ ਚੂਚੇ ਰਾਤੀ ਖਾ ਵੀ ਲਈ ਜਾਂਦੇ ਆ ਜਖਮੀ ਜੋਖਮੀ ਜਿਹੜਾ ਨਾ ਇਹ ਪਿਓਰ ਨੇ ਆਂਡੇ ਛਾਂਡੇ ਔਰ ਪਿਓਰ ਨੇ ਇਹਨਾਂ ਵਿੱਚ ਹਾਂ ਉਹ ਤੁਸੀਂ ਉਹਨੂੰ ਖੋਲੋ ਤੇ ਫਿਰ ਵੇਨੇ ਚੈੱਕ ਕਰਾਓ ਇਹ ਬੜੀ ਜੀ ਨਾ ਤੇ ਹਾਂਜੀ ਇਸ ਫਾਰਮ ਦਾ ਠੀਕ ਹੈ ਨਾ ਕੰਮ ਆ ਵੇਖੋ ਇਹ ਕੀ ਨੇ ਜੀ ਸਿੱਤਰ ਨੇ ਇਹ ਜੀ ਕਬੂਤਰ ਨੇ ठंड बचाने प्रोटेक्शन की थी ये सारी अली करो जी ऐ तितर है इतने वो बच्चे निकल दें ना खाने पीने चीजा मखाने आओ टोकरी दो तरह ले लो नाल एक टोकरी ले लो अच्छा जी ऐ दा मेनू कौन जे पता चकोतरा इनू की आंदे एदा की शुगर वाले वास्ते शुगर वाले वास्ते वेरी गुड है देखो ना बड़ा बड़ा राक्षस साहब तुसी खाओ तुम्हारे वास्ते अच्छा ऐ जी थोम जे थोम लगे आ देसी थोम देसी
ਲਸਣ ਇਹਦਾ ਨਹੀਂ ਮੈਨੂੰ ਪਤਾ ਲਸਣ ਯਾਰ ਪੰਜਾਬੀ ਹਾਂ ਤੂੰ ਜਿਹੜਾ ਨਵਾਂ ਵਿੱਚ ਇੰਗਲਿਸ਼ ਵਾਲਾ ਠੋਕੂ ਵੀ ਹੈ ਪਿਓ ਜੱਟ ਜਾ ਅੱਛਾ ਜੀ ਗਾਜਰੇ ਹੈ ਤੇ ਗਾਜਰੋਂ ਕੋ ਖਾੜੋ ਨਾ ਗਾਜਰੇ ਖਾਏ ਗਾਜਰੇ ਹੈ ਗਾਜਰਾਂ ਪਾਣਾ ਯਾਰ ਗਾਜਰਾਂ ਹੈ ਬਾਬਾ ਜੀ ਜੀ ਉੱਤੋਂ ਵੇਖੋ ਭੈਣ ਤੋਂ ਵਾਲ ਝੜ ਗਏ ਨੇ ਤੁਹਾਡੇ ਸਾਰੇ ਚੱਕਰਾਂ ਵਿੱਚ ਹੀ ਕੋਈ ਪੱਟੋ ਹੈ ਜੇ ਮੇਕ ਕਪਟੀ ਦੀ ਕਿਸੇ ਨੂੰ ਆਖੋ ਛਾਲ ਛੱਡੋ ਨਹੀਂ ਪੱਟਣ ਦੇ ਅੱਛਾ ਜੀ ਇਹ ਐ ਨਿਕਲ ਆ पट्टो खाने मुड़ा पालक ਨਹੀਂ ਇਹ ਤੇ ਨਹੀਂ ਪਾਲਕ ਇਹ ਕਾਸ਼ਮੀਰ ਇਹ ਕਾਸ਼ਮੀਰ ਕਾਸ਼ਮੀਰ ਤੂੰ ਪਾਕਿਸਤਾਨ ਹੁੰਨਾ ਤੈਨੂੰ ਵੀ ਨਹੀਂ ਪਤਾ ਯਾਰ ਮੈਨੂੰ ਥੋੜਾ ਥੋੜਾ ਪਤਾ ਇਹ ਪਟਾਂ ਇੱਕ ਐਂਡ ਕਰ ਛੜਿਆ ਜੀ ਇਹਦੇ ਉੱਤੋਂ ਲੰਘ ਲੰਘ ਕੇ ਕਿਸੇ ਦੇ ਵੇਖ ਲਓ ਧਿਆਨ ਨਹੀਂ ਪਿਆ ਚੈੱਕ ਕਰ ਹਲੋ ਫਕੀਰ ਇਹ ਜੇ ਪਾਲਕ ਖੜੇ ਹੋ डेरे तो सारी नैचुरल चीज़ां चेक करो जी वाह जी वाह भाई साहब ऐड कर छड़े बाबा जी कई तू बचो गाजर खा गाजर खाने भैन चो नवा तमाशा मत पक्का दिते भाई ਇਹਨਾਂ ਚੀਜ਼ਾਂ ਤੋਂ ਬੜਾ ਡਰ ਚਾਦਰ ਲਾ ਛੱਡੋ ਵੇਖਿਆ ਬੈਕ ਸਾਈਡ ਤੇ ਆ ਕੇ ਬਾਵੇ ਰਣੋਂ ਜੀ ਵੀ ਜਾਨ ਬੜੀ ਪਿਆਰੀ ਚਲੋ ਆਓ ਜੀ ਹੁਣ ਤੁਹਾਨੂੰ ਕਣਕ ਯਾਰ ਇੱਥੇ ਵੇਖਣੀ ਆਪਣੀ ਕਿਹੜੀ ਲੜੀ ਖੜੀ ਦੋਵੇਂ ਤੁਸੀਂ ਪਿਛਰ ਤੋਂ ਧੋਵੋ ਆ ਜਾਓ ਜੀ ਮੇਰੀ ਕਣਕ ਮੈਂ ਆਪ ਹੀ ਬੀਜੀ ਹੈ ਇਹ ਆਪ ਹੀ ਮੈਂ ਵਾਹੁੰਦਾ ਸਾਂ ਆਪ ਹੀ ਮੈਂ ਕੀਤੀ ਹੈ ਹੁਣ ਬੜੇ ਅਰਸੇ ਬਾਅਦ ਚੱਕਰ ਲਾਇਆ ਠੀਕ ਹੈ ਹੁਣ ਇਹਨੂੰ ਨਾ ਖਾਦ ਇੱਕ ਵਾਰੀ ਸੱਟ ਕੇ ਤੇ ਪਾਣੀ ਪਾਉਂਦੇ ਹਾਂ ਬਹੁਤ ਨਾ
ਤੋਤੇ ਮਰ ਜਾਂਦੇ ਨੇ ਫਿਰ ਆਗ ਨਵੇਂ ਲੈ ਆਉਂਦੇ ਨੇ ਠੀਕ ਹੁੰਦੇ ਨੇ ਫਿਰ ਫਰਾਂਸ ਰੋਡ ਜਾਂਦੇ ਨੇ ਫਿਰ ਮਰ ਜਾਂਦੇ ਨੇ ਅੱਛਾ ਜੀ ਇਹ ਜੀ ਅਸੀਂ ਤੰਦੂਰ ਬਣਾਇਆ ਇੱਥੇ ਨਾ ਜਿਸ ਟਾਈਮ ਅਸੀਂ ਆਉਂਦੇ ਹਾਂ ਸਾਰੇ ਇਕੱਠੇ ਹੁੰਦੇ ਨੇ ਇੱਥੇ ਬੱਕਰਾ ਸ਼ਕਰਾ ਦਾ ਇੱਥੇ ਦੱਬ ਦੁੱਬ ਲਈਦਾ ਸਾਰਾ ਨਿਜ਼ਾਮ ਖਾਤਾ ਜਿਹੜਾ ਨਾ ਇਹਦੇ ਵਿੱਚ ਲਾਹ ਛੜੀ ਦਾ ਦੋ ਤਿੰਨ ਘੰਟੇ ਬਾਅਦ ਕੱਢੀ ਦਾ ਬੜਾ ਨਿਜ਼ਾਮ ਹੈ ਕਰਤਾ ਜੀ ਅੱਛੇ ਰਹੋ ਅੱਕੀ ਦਾ ਟੋਰ ਚੱਲੇ ਹੋ ਅੱਛਾ ਅਤੇ ਉਹ ਇੱਧਰ ਬੱਕਰੇ ਛਕਰੇ ਵਾਲਾ ਇੱਧਰ ਆਉਂਦਾ ਇੱਕ ਸਾਨੂੰ ਛੋਟੀ ਜਿਹੀ ਮਸਜਿਦ ਬਣਾਈ ਹੈ ਨਮਾਜ਼ ਸਮਾਜ ਦਾ ਨਮਸਤੇ ਤੁਸੀਂ ਇੱਥੇ ਪੜ੍ਹ ਸਕਦੇ ਹੋ ਵੁਜ਼ੂ ਦਾ ਇੰਤਜ਼ਾਮ ਪੂਰੀ ਮਸਜਿਦ ਜਿਹੜੀ ਹੈ ਨਾ ਹੁਣੀ ਤਿਆਰ ਕੀਤੀ ਕੁਝ ਜਰਸੇ ਪਹਿਲਾਂ ਨਾ ਇੱਥੇ ਨਮਾਜ਼ ਸ਼ਮਾਜ਼ ਕਿਤੇ ਪੜ੍ਹਨੀ ਹੋਵੇ ਤਾਂ ਉਹ ਜਿਹੜਾ ਬਿਲਕੁਲ ਸਾਡੇ ਪਿੰਡ ਦਾ ਮੇਨ ਰੋਡ ਜਾ ਰਿਹਾ ਨਾਲ ਸਾਈਡ ਤੋਂ ਇਹ ਸਾਰਾ ਨਿਜ਼ਾਮ ਕਿਤਾਬ ਜੇ ਇਸਲਾਮ ਉਸ ਤੋਂ ਨਾਲੋ ਨਾਲ ਪੜ੍ਹਨਾ ਰਹਿੰਦੀ ਆ ਇਨਸ਼ਾ ਅੱਲਾਹ ਅਪਡੇਟ ਕਰਨੇ ਆ ਜਿਹੜਾ ਬੰਦਾ ਸਾਫ ਤਾਪ ਕੀ ਪਲੈਨ ਕਰਨੇ ਆ ਇਹ ਮੇਰਾ ਮੋਟਰਸਾਈਕਲ ਲੈ ਕੇ ਆਇਆ ਵੈਰੀ ਗੁੱਡ ਹਾਂ ਜੀ ਬਾਹਰ ਜੋ ਅਕਸ਼ਗ ਵੈਰੀ ਗੁੱਡ ਆਪ ਤਾਂ ਬੰਦਾ ਫਾਰ ਨਾ ਦੇ ਜੂ ਦਾ ਇਹ ਭੈਣ ਦੇ ਅਕਸ਼ਗ ਨਹੀਂ ਤੇ ਕੀ ਵਾਕਈ ਜੜਾ ਨਾ ਦੂਜੇ ਸਾਰੇ ਲੋਡ ਫਰਾਂ ਦੇ ਜੀ ਨਾਂ ਨਹੀਂ ਜਾਂਦਾ ਜੀ ਕੋਈ ਬੰਦਾ ਵਿੱਚੋਂ ਵੱਟ ਕਰੇ ਬੰਦਾ ਦੇ ਤੇ ਹੁਣ ਸਾਰੇ ਇੱਕੋ ਜਿਹੇ ਤੇ ਨਹੀਂ ਹੋ ਦੇ ਆ ਤੁਸੀਂ ਸਾਰੇ ਇੱਕੋ ਨੂੰ ਕੂੜਾ ਇੱਕ ਬੰਦਾ ਹੁੰਦਾ ਨਾ ਬਵਾਲ ਕੁਝ ਹੋਵੇ ਹਾਂ ਕਰ ਲੈਂਦੇ ਆ ਸੋਣਾ ਬੈਂਦਾ ਨਹੀਂ ਤੇ ਚਾਹ ਨਾ ਨਿਕਲੋ ਉਸ ਟਾਈਮ ਤੂੰ ਤੇਰੀ ਹੋਈ ਹੈ ਪਰ ਇਹ ਹੱਲ ਹੋ ਗਈ ਆ ਨਾ ਹੁਣ ਤੁਸੀਂ ਜ਼ੁਲਮ ਕੀਤਾ ਮਹੀਨੇ ਇੱਕ ਦਾ ਵਿੱਚ ਆਪਸ਼ਨ ਰੱਖਣਾ ਸੀ ਮਹੀਨੇ ਬਾਅਦ ਇੱਕ ਵਾਰੀ ਇਹ ਜਗ੍ਹਾ ਮੰਗਦਾ ਉਹਦਾ ਜਗ੍ਹਾ ਦੀ ਜ਼ਰੂਰਤ ਨਹੀਂ ਗੱਲ ਘੁੱਗਣੀ ਚਾਹੀਦੀ ਫਰਿਸ਼ਤੇ ਬਾਬਿਆਂ ਵੀਜ਼ੇ ਲਾਉਂਦਾ ਫਰਾਣੇ ਦੇ ਉਹਨੇ ਸੱਤ ਅੱਠ ਵੀਜ਼ੇ ਲਾ ਛੱਡੇ ਨੇ ਮੈਂ ਕਿਹਾ ਠੰਡ ਇੰਨੀ ਕਿ ਕਿੰਨੇ ਕਿੰਨੀ ਅੱਗੂ ਹੋਰ ਤਰੇ ਵੀਜ਼ੇ ਹੋ ਗਿਆ ਤਰੇ ਹੋਰ ਤਾਂ ਚੜੂ ਵੇਖ ਲੋ ਜੀ ਚੇਅਰਮੈਨ ਮਸਲੀਆਂ ਦਾ ਸਰ ਡਾਲਾ ਲੈ ਜਾਓ ਗਨਮੈਨ ਮੈਂ ਕਿੱਥੇ ਪਾਵਾਂ ਆਪਣੇ ਮੇਰੇ ਨਾਲ ਲੱਗੇ ਜਾਣ ਹੋਰ ਸਰ ਕੋਈ ਹੁਕਮ ਅੱਛਾ ਇਹ ਜਨਾਬ ਸਾਡੇ ਕੋਲ ਕਿੰਨੇ ਸਾਲ ਹੋ ਗਏ ਸਭ ਮੈਨੂੰ ਸਕੂਲ ਖੜਦਾ ਸੀ ਟਾਂਗੇ ਦੇ ਇਹਨੇ ਮੈਨੂੰ ਬੜਾ ਕੁੱਟਿਆ ਜਦੋਂ ਦੇ ਜੰਮੇ ਪੜੇ ਇਹ ਜੰਮੇ ਇੱਥੇ ਹੀ ਨੇ ਪੜੇ ਵੀ ਇੱਥੇ ਨੇ ਇਹ ਮੈਨੂੰ ਸਕੂਲ ਖੜਦਾ ਸੀ ਟਾਂਗੇ ਤੇ ਮਾਰਦਾ ਇਹਨੇ ਮੈਨੂੰ ਬੜਾ ਕੁੱਟਿਆ ਮੈਂ ਸਕੂਲ ਜਾਂਦਾ ਨਹੀਂ ਸਰ ਮੈਨੂੰ ਜੁੜ ਜਾਂਦਾ ਸੀ ਫਿਰ ਹਾਂਜੀ ਅੱਜ ਫਿਰ ਮੁੜਿਓ ਸਾਰਾ ਜੋ ਕੁਝ ਕੀਤਾ ਤੁਹਾਨੂੰ ਫਿਰ ਦੱਸ ਛੱਡਿਆ ਅੱਜ ਦੀ ਤੇਰੀ ਐਕਟੀਵਿਟੀ ਸੀ ਅਸੀਂ ਬਹੁਤ ਲੇਟ ਉੱਠੇ ਹਾਂ ਅਤੇ ਇਨਸ਼ਾਅੱਲਾ ਕੱਲ੍ਹ ਫਿਰ ਤੁਹਾਨੂੰ ਜਿਹੜਾ ਨਾ ਅਪਡੇਟ ਕਰਾਂਗੇ ਕਿ ਅਗਰ ਅੱਲਾ ਨੇ ਟਾਈਮ ਅਤੇ ਫੁਰਸਤ ਦਿੱਤੀ ਤਾਂ ਫਿਰ ਜ਼ਰੂਰ ਇਨਸ਼ਾਅੱਲਾ ਜਿਹੜਾ ਨਾ
ਕੱਲ ਨਵੇਂ ਵਲੌਗ ਵਲੌਗ ਹੀ ਆਉਂਦੇ ਹੋ ਨਵੇਂ ਵਲੌਗ ਵਿੱਚ ਆਵਾਂਗੇ ਠੀਕ ਹੈ ਜੀ ਬਹੁਤ ਸ਼ੁਕਰੀਆ ਔਰ ਖੁਦਾ ਹਾਫਿਜ਼।